ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੱਖਰਾ ਸਾਰੇ ਕਹਿਣਗੇ ਵੈਲਕਮ ਬੈਕ ਟੂ ਚੈਨਲ ਕੀ ਹਾਲ ਚਾਲ ਸਾਰਿਆਂ ਦੀ ਅਤੇ ਸਵੇਰੇ ਸਵੇਰੇ 5 ਵਜੇ ਗੱਡੀ ਤਾਂ ਆਪਣੀ ਹੁੰਦੀ ਆ 5 ਵਜੇ ਰੈਡੀ ਹੋ ਕੇ ਹੁਣ ਚੱਲਿਆ ਸਿੱਧਾ ਲੁਧਿਆਣੇ ਨੂੰ ਉਬਰ ਉਬਰ ਕਰਾ ਕੇ ਹੁਣ ਚੱਲਿਆ ਲੁਧਿਆਣੇ ਨੂੰ ਸਵੇਰੇ ਸਵੇਰੇ ਮੈਂ ਕਿਹਾ ਚਲੋ ਆਪਾਂ ਟਾਈਮ ਸਿਰ ਪਹੁੰਚ ਜਾਂਗੇ ਘਰ ਨੂੰ ਅਤੇ ਬਾਕੀ ਜਿਹੜੇ ਕੰਮ ਕਰ ਹੋਣਗੇ ਬਾਕੀ ਜਾ ਕੇ ਕਰਦੇ ਹਾਂ ਹਾਂਜੀ ਮਿੱਤਰੋ ਫਾਈਨਲੀ ਬੱਸ ਸਟੈਂਡ ਪਹੁੰਚ ਗਏ ਹਾਂ ਹੁਣ ਬੱਸ ਲੈਂਦੇ ਹਾਂ ਅਤੇ ਚੱਲਦੇ ਹਾਂ ਸਿੱਧਾ ਲੁਧਿਆਣੇ ਫਾਈਨਲੀ ਆਪਾਂ ਲੁਧਿਆਣੇ ਪਹੁੰਚ ਗਏ ਹਾਂ ਲੁਧਿਆਣੇ ਪਹੁੰਚ ਕੇ ਹੁਣ ਟੈਂਪੂ 'ਚ ਬੈਠੇ ਹਾਂ ਬੱਸ ਚੱਲਦੇ ਹਾਂ ਘਰੇ ਅਤੇ ਯਾਰ ਚੇਂਜ ਕਰਦੇ ਹਾਂ ਫਰੈਸ਼ ਲੈਣ ਫਾਈਨਲੀ ਆਪਾਂ ਪਹੁੰਚ ਗਏ ਹਾਂ ਅਤੇ ਤੁਰ ਕੇ ਚੱਲਿਆ ਘਰ ਨੂੰ ਜਾ ਕੇ ਰੋਟੀ ਪਾਣੀ ਖਾਂਦੇ ਹਾਂ ਰੋਟੀ ਪਾਣੀ ਖਾ ਕੇ ਸਵੇਰੇ ਸਿਰਫ ਚਾਹ ਚੂਹ ਪੀ ਕੇ ਜਲਦੀ ਸਵੇਰੇ 5 ਵਜੇ ਉੱਠ ਕੇ ਚਾਹ ਪੀ ਕੇ ਮਾੜਾ ਮੋਟਾ ਨਾਸ਼ਤਾ ਜਿਹਾ ਕਰਕੇ ਬਾਹਰ ਨਿਕਲੇ ਅਤੇ ਜੇ ਜਲਦੀ ਨਿਕਲੇ ਹਾਂ ਤਾਂ ਜਲਦੀ ਆਪਾਂ ਪਹੁੰਚ ਵੀ ਗਏ ਹਾਂ ਅਤੇ ਹਜੇ ਚਾਰ ਟਾਈਮ ਹੋਇਆ ਨਹੀਂ ਗਾ ਸਿਰਫ 9 ਵਜੇ ਆ ਫਾਈਨਲੀ ਘਰੇ ਪਹੁੰਚ ਗਏ ਹੈ ਉੱਥੋਂ ਦੀ ਮਤਲਬ ਕਿ ਘਰ ਤੋਂ ਲੈ ਕੇ ਉਹ ਬੱਸ ਸਟੈਂਡ ਤੱਕ ਉਬਰ ਕਰ ਲਈ ਜੀ ਉਬਰ ਕਰ ਲਈ ਸੀ ਘਰੇ ਪਹੁੰਚ ਕੇ ਮਿੱਤਰੋਂ ਖਾਣ ਪੀਣ ਲੱਗੇ ਸੀ ਕੁਛ ਨਾ ਤੋਂ ਬੈਠਿਆ ਸੀਗਾ ਦੁਕਾਨ ਚੜ੍ਹੀ ਪਈ ਆ ਫਾਈਨਲੀ ਸ਼ਾਮ ਤੋਂ ਪਾਉਣਾ ਹੀ ਸ਼ੁਰੂ ਹੋ ਗਿਆ ਅਤੇ ਆ ਕੇ ਬਸ ਸੋ ਗਿਆ ਸੀਗਾ ਸੋ ਕੇ ਹੁਣ ਪਾਉਣੇ 6 ਵਜੇ ਉੱਠਿਆ ਉੱਠ ਕੇ ਮੂੰਹ ਧੋਤਾ ਵਾ ਅਤੇ ਹੁਣ ਮਾੜਾ ਮੋਟਾ ਰੈਡੀ ਸ਼ੈਡੀ ਹੋਇਆ ਅਤੇ ਮੈਂ ਕਿਹਾ ਚਲੋ ਵੀ ਜਿੰਮ ਵੀ ਜਾਣਾ ਵਾ ਇੱਕ ਵਾਰ ਪੱਖਾ ਠੀਕ ਕਰਾ ਕੇ ਲੈ ਕੇ ਆਉਣਾ ਵਾ ਫਰਾਟਾ ਅਤੇ ਪਹਿਲਾਂ ਉਹ ਘਰੋਂ ਚੱਲਿਆ ਜੇ ਤਾਂ ਇਹ ਟਾਈਮ ਲੱਗਦਾ ਫਿਰ ਆਪਾਂ ਵਲੋਗ ਵੀ ਕਰਦੇ ਹਾਂ ਆਪਾਂ ਪੱਖਾ ਵੀ ਠੀਕ ਕਰਾ ਲਿਆਂਦਾ ਅਤੇ ਆਹ ਪੱਖਾ ਦੇਖ ਸਕਦੇ ਪਿੱਛੇ ਪਿਆ ਵਾ ਗਰਮੀ ਬਹੁਤ ਲੱਗੀ ਜਾਂਦੀ ਦੂਜੀ ਗੱਲ ਕੀ ਆ ਢਿੱਲਾ ਢਿੱਲਾ ਕਾਫੀ ਮਹਿਸੂਸ ਹੋ ਰਿਹਾ ਯਾਰ ਮਤਲਬ ਕਿ ਜਿੱਦਾਂ ਬੁਖਾਰ ਜਿਹਾ ਚੜਿਆ ਹੁੰਦਾ ਵਾ ਅਤੇ ਹੁਣ ਮੈਂ ਸੋਚ ਰਿਹਾ ਜਿੰਮ ਜਾਣ ਦਾ ਬਟ ਅੱਜ ਮਨ ਨਹੀਂ ਕਰ ਰਿਹਾ ਮੇਰਾ ਜਾਣ ਦਾ ਅਤੇ ਦੇਖਦੇ ਹਾਂ ਇੱਥੇ ਜਾ ਕੇ ਆਉਂਦੇ ਹਾਂ ਅਤੇ ਬਾਕੀ ਰਹੀ ਗੱਲ ਜਸਵਿੰਦਰ ਗਿਆ ਹੋਇਆ ਬਾਈਕ ਲੈ ਕੇ ਹੁਣ ਉਹਦੇ ਕੋਲ ਜਾਣਾ ਪੈਣਾ ਇੱਦੀ ਤੁਰ ਕੇ ਪਹਿਲਾਂ ਉਹਦੇ ਕੋਲ ਚੱਲਦੇ ਹਾਂ ਫਿਰ ਬਾਈਕ ਲੈ ਕੇ ਫਾਈਨਲੀ ਆਪਾਂ ਚੱਲੇ ਹਾਂ ਜਸਵਿੰਦਰ ਕੋਲ ਤੁਰ ਕੇ ਜਸਵਿੰਦਰ ਕੋਲ ਮੋਟਰਸਾਈਕਲ ਮੋਟਰਸਾਈਕਲ ਲੈ ਕੇ ਉਹ ਤੋਂ ਫਿਰ ਚੱਲਦੇ ਹਾਂ ਬਾਈਸੈਪ ਚੈਸਟ ਦੇ ਥੋੜ੍ਹੀ ਟ੍ਰਾਈਸੈਪ ਦੀ ਪੰਪਿੰਗ ਕੀਤੀ ਆ ਆਪਾਂ ਚੱਲੇ ਹਾਂ ਜਸ ਕੋਲ ਜਸਵਿੰਦਰ ਕੋਲ ਹੀ ਆਪਣੇ ਉਹਦੇ ਕੋਲ ਚੱਲਦੇ ਹਾਂ ਨਾਲੇ ਉਹਦੇ ਇੱਕ ਮੈਂ ਕਹਿਣਾ ਖਾਣ ਪੀਣ ਨੂੰ ਦੇਖਦਾ ਕੁਛ ਲੈ ਕੇ ਆਉਂਦੇ ਹਾਂ ਚਲੋ ਫਾਈਨਲੀ ਆਪਾਂ ਜਿੰਮ ਤੋਂ ਚੱਲਿਆ ਸਿੱਧਾ ਘਰ ਨੂੰ ਘਰ ਨਹੀਂ ਜਾਣਾ ਪਹਿਲਾਂ ਆਪਾਂ ਜਾਣਾ ਵਾ ਨੋਨ ਵੈਜ ਲੈਣ ਦੇ ਲਈ ਥੋੜ੍ਹਾ ਜਿਹਾ ਲੈ ਕੇ ਘਰੇ ਬਣਾਵਾਂਗੇ ਘਰੇ ਬਣਾ ਕੇ ਫਿਰ ਖਾਵਾਂਗੇ ਹੁਣ ਚੱਲਿਆ ਮੰਡੀ ਥੋੜ੍ਹਾ ਜਿਹਾ ਆਪਾਂ ਨੋਨ ਵੈਜ ਲੈ ਆਉਣਾ ਵਾ ਨੋਨ ਵੈਜ ਲਿਆ ਕੇ ਘਰੇ ਬਣਾਵਾਂਗੇ ਘਰੇ ਬਣਾ ਕੇ ਮੰਮਾ ਬਣਾ ਦੇਣਗੇ ਅਤੇ ਮੈਂ ਕਿਹਾ ਚਲੋ ਯਾਰ ਥੋੜ੍ਹਾ ਜਿਹਾ ਨਾ ਵੀ ਹੈਲਦੀ ਜਿਹਾ ਹੋ ਜਾਊਗਾ ਛੋਟੇ ਕਰ ਦਿਓ ਅੰਕਲ ਪੀਸ ਥੋੜ੍ਹੇ ਜਿਹੇ ਚਲੋ ਫਾਈਨਲੀ ਆਪਾਂ ਨੋਨ ਵੈਜ ਵਗੈਰਾ ਆਪਣਾ ਲੈ ਕੇ ਹੁਣ ਜਾ ਰਹੇ ਹਾਂ ਸਿੱਧਾ ਘਰ ਨੂੰ ਘਰੇ ਜਾ ਕੇ ਦੇਖਦੇ ਹਾਂ ਬਣਾਉਂਦੇ ਹਾਂ ਘਰੇ ਆ ਕੇ ਨਹਾ ਧੋ ਕੇ ਹੁਣ ਫਰੈਸ਼ ਹੋ ਕੇ ਰੋਟੀ ਪਾਣੀ ਖਾਣ ਲੱਗੇ ਹਾਂ ਮੰਮੀ ਨੇ ਬਣਾਇਆ ਵਾ ਚਿਕਨ ਜਿਹੜਾ ਆਪਾਂ ਲੈ ਕੇ ਆਏ ਜੀ ਅੱਜ ਸਿਟੀ ਦੀਆਂ ਇੱਧਰ ਲੱਗੀ ਆ ਤਾਰਾਂ ਮੀਰਾ ਫਿਰ ਉਹਦੇ ਇੱਕ ਲੱਗੇ ਹੋਏ ਆਪਣੀ ਸਬਜ਼ੀ ਰੈਡੀ ਆ